ਜੀ ਆਇਆਂ ਨੂੰ ਜੀ ਸਾਰਿਆਂ ਦਾ। ਮੈਂ ਦੇਖ ਰਿਹਾ ਸੀਗਾ ਕਿ ਗੱਡੀ ਤਰੀਕ ਨਿਕਲ ਨਾਲ ਚੱਲ ਜਾਏਗੀ, ਹਵਾ ਹੂਆ ਵਧੀਆ ਹੈਗੀ ਹੈ ਕਿ ਨਹੀਂ ਹੈਗੀ, ਅੱਜ ਇਸ ਬਾਰੇ ਵਿਚਾਰ ਵਟਾਂਦਰਾ ਕਰ ਲੈਂਦੇ ਹਾਂ। ਮੇਰੇ ਨਾਲ ਮੌਜੂਦ ਹਨ ਸਟੂਡੀਓ ਦੇ ਵਿੱਚ ਨਵੀਨ ਸ਼ਰਮਾ ਜੀ। ਸਭ ਤੋਂ ਪਹਿਲਾਂ ਰਿਐਕਸ਼ਨ ਹਰਕੀਰਤ, ਇੱਕ ਤਾਂ ਮੈਂ ਤੁਹਾਨੂੰ ਵਧਾਈ ਦੇਣਾ ਚਾਹਾਂਗਾ, ਪ੍ਰੋਡਕਸ਼ਨ ਟੀਮ ਨੂੰ ਵੀ ਦੇਵਾਂਗਾ ਕਿ ਅੱਜ ਜਿਸ ਅਸੀਂ ਸਿਆਸੀ ਦਾ ਇੰਨਾ ਗੰਭੀਰ ਮਸਲਾ ਹੈ ਸਿਆਸਤ ਦਾ, ਉਹਦੀ ਜੋ ਪ੍ਰੈਜੈਂਟੇਸ਼ਨ ਟੈਕਨੀਕਲ ਤਰੀਕੇ ਨਾਲ ਕੀਤੀ ਗਈ, ਜਿਹੜਾ ਸਟਿੰਗ ਬਣਾਇਆ ਕੇਜਰੀਵਾਲ ਦਾ, ਇਟਸ ਰੀਅਲੀ ਵੈਰੀ ਗੁੱਡ, ਔਰ ਇਸ ਦੀ ਜਿਹੜੀ ਪ੍ਰੈਜੈਂਟੇਸ਼ਨ ਇਟਸ ਵੈਰੀ ਨਾਈਸ ਨਾਈਸ ਪੈਕੇਜਿੰਗ। ਹੁਣ ਗੱਲ ਕਰਦੇ ਹਾਂ ਸਿਆਸਤ ਦੀ ਔਰ ਗੱਲ ਕਰਦੇ ਹਾਂ ਕੇਜਰੀਵਾਲ ਦੀ। ਦੇਖੋ ਕੇਜਰੀਵਾਲ ਦੇ ਬਾਰੇ ਚਾਹੇ ਕਿਹਾ ਜਾਂਦਾ ਕਿ ਹੀ ਇਜ਼ ਨੋਟ ਅ ਸੀਜ਼ਨ ਪੋਲੀਟੀਸ਼ੀਅਨ, ਹੀ ਇਜ਼ ਨੋਟ ਐਨ ਐਕਸਪੀਰੀਅੰਸਡ ਪੋਲੀਟੀਸ਼ੀਅਨ, ਤਾਂ ਮੈਨੂੰ ਲੱਗਦਾ ਹਰ ਕਦਮ 'ਤੇ ਕੋਈ ਨਾ ਕੋਈ ਗਲਤੀ ਕਰਦੇ ਆ। ਉਹਨਾਂ ਨੂੰ ਜਿਹੜੀ ਸਿਆਸਤ ਦੀ ਸ਼ਤਰੰਜ ਹੈ, ਕਿਹੜੀ ਚਾਲ ਕਦੋਂ ਚੱਲਣੀ ਹੈ, ਉਹਨਾਂ ਨੂੰ ਸਮਝ ਨਹੀਂ ਆ ਰਹੀ। ਜਿਹੜੇ ਉਹਨਾਂ ਦੇ ਆਸ ਪਾਸ ਜਿਹੜੇ ਹੈਗੇ ਨੇ ਬੰਦੇ ਸਮਝਾਉਣ ਵਾਲੇ, ਮੈਨੂੰ ਲੱਗਦਾ ਉਹਨਾਂ ਨੂੰ ਵੀ ਸਮਝ ਨਹੀਂ ਆ ਰਹੀ। ਹੁਣ ਕੀ ਹੈ, ਇਹ ਜੋ ਕੁਝ ਵੀ ਹੋ ਰਿਹਾ, ਅੱਜ ਕੇਜਰੀਵਾਲ ਨੂੰ ਛੋਟੇਪੁਰ ਦੇ ਦਰਵਾਜ਼ੇ 'ਤੇ ਕਿਉਂ ਜਾਣਾ ਪਿਆ? ਖੁਦ ਨਹੀਂ ਗਏ ਤੇ ਚਲੋ ਆਪਣੇ ਚਾਰ ਦੂਤ ਭੇਜਤੇ, ਚਾਰ ਲੀਡਰ ਜਾ ਕੇ ਮਿਲਾਏ, ਸਿਨਿਆ ਤੇ ਕੇਜਰੀਵਾਲ ਦੇ ਲੈ ਕੇ ਗਏ ਨਾ ਜਾ ਕੇ, ਕਿਹਾ ਹੋਣਾ ਜੀ ਕੇਜਰੀਵਾਲ ਜੀ ਕਹਿੰਦੇ ਆ ਜਾਓ ਪਾਰਟੀ 'ਚ ਵਾਪਸ। ਇਹ ਤਰਲੇ ਮਿੰਨਤਾਂ ਕਰਨ ਦੀ ਲੋੜ ਕਿਉਂ ਪਈ, ਕਿਉਂ ਪੈ ਰਹੀ ਲੋੜ? ਕਿਉਂਕਿ ਇਲੈਕਸ਼ਨਾਂ ਦੇ ਵਿੱਚ ਟਾਈਮ ਘੱਟ ਰਹਿ ਗਿਆ, ਤਿਆਰੀ ਕੁਛ ਦਿਖ ਨਹੀਂ ਰਹੀ, ਝਾੜੂ ਤੀਲਾ ਤੀਲਾ ਹੋਇਆ ਪਿਆ, ਲੋਕ ਪਾਰਟੀ ਤੋਂ ਨਾਰਾਜ਼ ਨੇ। ਅੱਛਾ, ਹੁਣ ਸਾਰੇ ਅੱਧੇ ਬੰਦੇ ਬਗਾਵਤ ਕਰ ਗਏ, ਅੱਧੇ ਇੱਧਰ ਪੱਸੇ ਨੇ, ਅੱਧੇ ਈਗੋ ਕਲੈਸ਼ 'ਚ ਲੜਦੇ, ਲੈ ਦੇ ਕੇ ਕੌਣ ਯਾਦ ਆਇਆ ਜੀ? ਸੁੱਚਾ ਸਿੰਘ ਛੋਟੇਪੁਰ, ਉਹੀਓ ਛੋਟੇਪੁਰ ਜਿਹਨੂੰ ਤੁਸੀਂ ਇੰਨੇ ਦਰਦਨਾਕ ਤਰੀਕੇ ਨਾਲ, ਇੰਨੇ ਬੇਰਹਿਮੀ ਦੇ ਤਰੀਕੇ ਨਾਲ ਬੇਇੱਜ਼ਤ ਕਰਕੇ ਪਾਰਟੀ 'ਚੋਂ ਬਾਹਰ ਕੱਢਿਆ ਸੀਗਾ। ਅਤੇ ਇਹ ਸਿਰਫ ਮੌਕਾ ਪ੍ਰਸਤੀ ਦੀ ਰਾਜਨੀਤੀ ਹੈ, ਮੌਕਾ ਪ੍ਰਸਤੀ ਅਰਵਿੰਦ ਕੇਜਰੀਵਾਲ ਦੀ ਵੀ ਹੈ। ਔਰ ਅਗਰ ਸੁੱਚਾ ਸਿੰਘ ਛੋਟੇਪੁਰ ਇਹ ਫੈਸਲਾ ਲੈਂਦੇ ਨੇ ਕਿ ਮੈਂ ਵਾਪਸ ਆਮ ਆਦਮੀ ਪਾਰਟੀ 'ਚ ਜਾ ਰਿਹਾ, ਤਾਂ ਸਮਝੋ ਕਿ ਇੱਕ ਤਰ੍ਹਾਂ ਦੀ ਸਿਆਸੀ ਮਜਬੂਰੀ ਸੁੱਚਾ ਸਿੰਘ ਛੋਟੇਪੁਰ ਦੀ ਵੀ ਹੈ, ਕਿਉਂਕਿ ਉਹਨਾਂ ਦਾ ਵੀ ਪੋਲੀਟੀਕਲ ਸਰਵਾਈਵਲ ਦਾ ਸਵਾਲ ਹੈ। ਅੱਜ ਜਿਹੜਾ ਵੀ ਪੋਲੀਟੀਸ਼ੀਅਨ ਹੁੰਦਾ, ਉਹਨੂੰ ਜਿਹਨੂੰ ਪੋਲੀਟਿਕਸ ਦਾ ਸਵਾਦ ਲੱਗ ਜਾਏ ਨਾ, ਉਹ ਕੋਈ ਸ਼ੋਰੂਮ 'ਚ ਬੈਠ ਕੇ ਕੰਮ ਨਹੀਂ ਕਰ ਸਕਦਾ, ਨਾ ਦੁਕਾਨ 'ਤੇ ਬਹਿ ਕੇ ਕੰਮ ਕਰ ਸਕਦਾ, ਉਹ ਰਾਜਨੀਤੀ, ਜਿਹੜੀ ਰਾਜਨੇਤਾ ਰਾਜਨੀਤੀ ਹੀ ਕਰੇਗਾ। ਠੀਕ ਹੈ, ਉਹ ਹੁਣ ਉਹਨੂੰ ਸਵਾਦ ਉਹਨਾਂ ਨੂੰ ਲੱਗ ਗਿਆ ਹੀ, ਦਿਸ ਇਜ਼ ਅ ਕੁਸ਼ਚਨ ਆਫ ਇਸ ਪੋਲੀਟੀਕਲ ਸਰਵਾਈਵਰ। ਆਪਣੀ ਪਾਰਟੀ ਬਣਾ ਕੇ ਦੇਖ ਲਈ, ਆਪਣਾ ਪੰਜਾਬ ਪਾਰਟੀ, ਉਹਦੇ ਹੱਥੋਂ ਕੁਝ ਲੱਗਿਆ ਨਹੀਂ। ਅਤੇ ਹੁਣ ਅੱਜ ਕਈ ਲੋਕ ਕਹਿ ਵੀ ਸਕਦੇ, ਸਵਾਲ ਵੀ ਚੁੱਕ ਸਕਦੇ ਵੀ ਜਿਸ ਪਾਰਟੀ ਨੇ ਇੰਨੀ ਬੇਇੱਜ਼ਤੀ ਕਰਕੇ ਤੁਹਾਨੂੰ ਕੱਢਿਆ, ਤੁਸੀਂ ਫਿਰ ਵਾਪਸ ਉੱਥੇ ਕਿਉਂ ਚੱਲੇ ਹੋ? ਹੁਣ ਸੁੱਚਾ ਸਿੰਘ ਛੋਟੇਪੁਰ ਦੀ ਵੀ ਇੱਕ ਸਿਆਸੀ ਮਜਬੂਰੀ ਹੋ ਸਕਦੀ ਕਿ ਹੀ ਨੀਡਸ ਪੋਲੀਟੀਕਲ ਸਰਵਾਈਵਲ, ਔਰ ਅਰਵਿੰਦ ਕੇਜਰੀਵਾਲ ਦੀ ਤਾਂ ਸਿਆਸੀ ਮਜਬੂਰੀਆਂ ਦੇ ਹਰ ਤੁਹਾਨੂੰ ਯੂ ਟਰਨ ਤੋਂ ਦੱਸਦੇ ਆ, ਉਹਨਾਂ ਦਾ ਤਾਂ ਹਾਈਵੇ ਸਿਆਸਤ ਦਾ ਐਸਾ ਹੈ ਕਿ ਮੈਨੂੰ ਲੱਗਦਾ ਜਿੱਥੋਂ ਅੰਬਾਲੇ ਤੋਂ ਗੱਡੀ ਚੱਲਦੀ ਹੈ, ਸ਼ੰਭੂ ਬਾਰਡਰ ਤੋਂ ਫਿਰ ਯੂ ਟਰਨ ਲੈ ਕੇ ਫਿਰ ਵਾਪਸ ਅੰਬਾਲੇ ਆ ਜਾਂਦੇ ਆ। ਉਹੀ ਹਰਿਆਣਾ ਦੀ ਚੋਣਾਂ ਵੀ ਲੜਨੀ ਹੈ, ਹਰਿਆਣਾ ਦੀ ਚੋਣਾਂ ਲੜਦੇ ਨੇ ਤੇ ਸ਼ੰਭੂ ਬਾਰਡਰ ਤੋਂ ਫਿਰ ਯੂ ਟਰਨ ਲੈ ਕੇ ਵਾਪਸ ਹੀ ਆ ਜਾਂਦੇ ਨੇ, ਜਿੱਥੋਂ ਚੱਲਦੇ ਨੇ ਉੱਥੇ ਖੜੇ ਹੋ ਜਾਂਦੇ ਨੇ। ਚਲੋ ਲੈਟਸ ਸੀ ਕਿ ਸਾਡੇ ਵਿਊਅਰਸ ਕੀ ਕਹਿਣਾ ਚਾਹੁੰਦੇ ਆ, ਉਹਨਾਂ ਦੀ ਵੀ ਕਾਲਸ ਆਪਾਂ ਲੈ ਲੈਂਦੇ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਹੈਲੋ, ਦੂਜੀ ਕਾਲ ਆਪਾਂ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਕਹਿਣਾ ਚਾਹੋਗੇ? ਮੈਂ ਅਜੀਤ ਸਿੰਘ ਬਾਲ ਬੋਲ ਰਿਹਾ, ਮੈਂ ਬੇਨਤੀ ਕਰਨੀ ਆ ਜੀ, ਤੁਸੀਂ ਅੱਜ ਬੜੀ ਦੁੱਖ ਦੀ ਰੱਗ ਜਿਹੜੀ ਆ ਨਾ, ਉਹ ਪੰਜਾਬ ਦੀ ਛੇੜੀ ਹੈਗੀ ਆ, ਕਿਉਂਕਿ ਬੜਾ ਚਿਰ ਪਹਿਲਾਂ ਛੇੜਨੀ ਚਾਹੀਦੀ ਸੀਗੀ ਜੀ, ਲੇਕਿਨ ਲੇਟ ਹੋ ਗਏ। ਚਲੋ ਐਨੀ ਹਾਓ, ਗੱਲ ਠੀਕ ਹੈ, ਗੱਲ ਅਸਲ ਵਿੱਚ ਇਹ ਆ ਵੀ ਛੋਟੇਪੁਰ ਨੇ ਵੀ ਤੇ ਪਹਿਲਾਂ ਡਾਕਟਰ ਦਲਜੀਤ ਸਿੰਘ ਨਾਲ ਇਹੋ ਕੁਛ ਕੀਤਾ ਹੈ ਜੋ ਉਹਦਾ ਹੋਇਆ ਜੀ, ਹਾਲਾਂਕਿ ਡਾਕਟਰ ਦਲਜੀਤ ਸਿੰਘ ਵਰਗਾ ਬੰਦਾ ਨਹੀਂ ਲੱਭ ਸਕਦਾ ਕਿਤੇ ਵੀ ਜੀ। ਚਲੋ ਐਨੀ ਹਾਓ, ਜੋ ਹੋਇਆ ਹੋ ਗਿਆ ਸਾਰਾ ਕੁਛ ਹੀ, ਲੇਕਿਨ ਇੱਕ ਨਾ ਜਦੋਂ ਕੇਜਰੀਵਾਲ ਦਿੱਲੀ ਵਿੱਚ ਸਰਕਾਰ ਬਣਾ ਲਈ ਆ ਨਾ, ਉਹਦਾ ਓਵਰ ਐਸਟੀਮੇਟ ਇੰਨਾ ਹੋ ਗਿਆ ਸੀਗਾ, ਉਹ ਸਮਝ ਆਏ ਵੀ ਮੈਂ ਮੋਦੀ ਦੇ ਬਰਾਬਰ ਜਾ ਕੇ ਖੜਾ ਹੋ ਗਿਆ ਵਾਂ ਜੀ। ਇਸ ਕਰਕੇ ਜਿੰਨੇ ਉਹਦੇ ਉਸ ਵੇਲੇ ਸਿੰਸੀਅਰ ਬੰਦੇ ਸੀ ਉਹਦੇ ਸਾਰੇ ਹੀ, ਹੁਣ ਇਕੱਲਾ ਇਕੱਲਾ ਕਰਕੇ ਸਾਰੇ ਹੀ ਦਿੱਲੀ ਨਾਲ ਲਾਉਣੇ ਸ਼ੁਰੂ ਕਰਦੇ ਸੀ, ਤਾਂ ਕਿ ਕੱਲ੍ਹ ਨੂੰ ਮੇਰੀ ਕੁਰਸੀ ਦੇ ਦੁਆਲੇ ਨਾ ਹੋਣ ਜੀ। ਜੀ ਜੀ, ਹੁਣ ਆਪਾਂ ਪੰਜਾਬ ਵਾਲੇ ਪਾਸੇ ਆਉਂਦੇ ਹਾਂ ਜੀ। ਛੋਟੇਪੁਰ ਨੇ ਜਦੋਂ ਛੋਟੇਪੁਰ ਜਦੋਂ ਕੱਢਿਆ ਹੈਗਾ, ਉਦੋਂ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਜੀ, ਕਿਉਂਕਿ ਇਹ ਕੇਜਰੀਵਾਲ ਦਾ ਪੰਜਵਾਂ ਹੱਲਾ ਸੀਗਾ, ਜਿਹਦੇ ਵਿੱਚ ਪਹਿਲਾਂ ਡਾਕਟਰ ਦਲਜੀਤ ਨੂੰ, ਫਿਰ ਦੋਵੇਂ ਆਪਣੇ ਐਮ ਪੀ ਕੱਢੇ ਡਾਕਟਰ ਤੇ ਖਾਲਸੇ ਨੂੰ, ਫਿਰ ਛੋਟੇਪੁਰ ਨੂੰ ਲਾਇਆ, ਫਿਰ ਘੁੱਗੀ ਨੂੰ ਲਾਇਆ, ਹੁਣ ਜਦੋਂ ਖੈਰ ਨੂੰ ਲਾਇਆ ਤੇ ਖੈਰ ਨਾ ਸਾ ਤੂੰ ਦੇ ਦਿੱਤਾ, ਉਹਨੇ ਆਖਿਆ ਮੈਂ ਆਪਣਾ ਵੱਖਰਾ ਬਣਾਉਣ ਲੱਗਾ ਹੈਗਾ, ਕਿਉਂਕਿ ਬਾਕੀ ਸਾਰਾ ਜੁੜ ਤਾਂ ਨਹੀਂ ਹੋ ਪਤਾ, ਜੁੜ ਤਾਂ ਹੈਗਾ ਜਿੰਨੇ ਜਾ ਕੇ ਜੁੱਟ ਕੀਤੀ ਹੈਗੀ ਆ, ਔਰ ਅੱਠ ਬੰਦੇ ਨਾਲ ਲੈ ਕੇ ਖਲੋਤਾ ਵਾ ਜੀ। ਹੁਣ ਅੱਜ ਉਹਦੇ ਨਾਲ ਅਕਾਲੀ ਦਲ ਦੇ ਜਿਹੜੇ ਬੰਦੇ ਆ ਨਾ, ਜਹੇਦਾਰ ਜਿਹੜੇ ਰਹੇ ਅੱਜ 28-28 ਸਾਲ ਦੇ ਚੇਅਰਮੈਨ ਰਹੇ, ਉਹਦੇ ਨਾਲ ਆ ਕੇ ਰਲ ਰਹੇ ਨੇਗੇ ਜੀ। ਇਸ ਕਰਕੇ ਕੇਜਰੀਵਾਲ ਨੂੰ ਉਹ ਦੁਖਦੀ ਹੈਗੀ ਆ ਗੱਲ ਜੀ। ਇਸ ਕਰਕੇ ਜੇ ਆ ਵੀ ਜਾਵੇਗਾ ਨਾ ਛੋਟੇਪੁਰ, ਤੇ ਛੋਟੇਪੁਰ ਮੈਂ ਸਮਝਦਾ ਗਲਤੀ ਕਰੇਗਾ, ਮੈਂ ਸਮਝ ਉਹਨੂੰ ਚੰਗਾ ਜੇ ਉਹਦੇ ਨਾਲ ਖਹਿਰੇ ਜਾ ਕੇ ਰਾਜਵੇ ਦੇ ਖਹਿਰੇ ਦਾ ਸਟੇਟਸ ਹੈਗਾ, ਇਹਨਾਂ ਦਾ ਕੋਈ ਸਟੇਟਸ ਨਹੀਂ ਹੈਗਾ, ਮੈਂ ਤੁਹਾਨੂੰ ਅੱਜ ਲਿਖ ਕੇ ਦੇਣ ਦੀ ਤਿਆਰ ਹੈਗਾ, ਜਿਹਨਾਂ ਦੇ ਬੰਦੇ ਕਾਮਯਾਬ ਹੋ ਜਾਣਾ ਤੇ ਮੇਰਾ ਨਾਮ ਹਟਾ ਦਿਓ, ਕਿ ਮੇਰਾ ਨਾਮ ਅਜੀਤ ਸਿੰਘ ਬਾਲਾ, ਮੈਂ ਅੰਮ੍ਰਿਤਸਰ ਦੇ ਰਹਿਣ ਵਾਲਾ ਵਾਂ। ਅਜੀਤ ਸਿੰਘ ਜੀ, ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਮਝਾਇਆ ਔਰ ਆਪਣੇ ਪ੍ਰਤੀਕਰਮ ਸਾਨੂੰ ਦਿੱਤੇ, ਬਹੁਤ ਬਹੁਤ ਧੰਨਵਾਦ। ਤੁਸੀਂ ਰਾਗ ਹੈ ਜਿਹੜੀ ਤੁਹਾਨੂੰ ਲਿਆਂਦੀ ਹੈ।
जी की कहना चाहोगे? हेलो जी की कहना चाहोगे? तुसी ऑन एयर हो। मैं क्या छोटे पुर नु इन्हां ने कढ़िया पहले दो एमपी कढ़ दिते, डॉक्टर दलजीत सिंह नु कढ़ दिता जी, ते हुण छोटे पुर नु वैसे नहीं जाना चाहिए इन्हां नाल, हुण इस करके कर रहे ने भी दूजा ग्रुप जिहड़ा तैयार हो रहा, खैरा ग्रुप जी 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 जी, ते इस करके ओह कर रहे ने भी साडा ग्रुप जिहड़ा ओह तगड़ा हो जाए जी, ते जे सोचा जे छोटे पुर नु जाना चाहिए ते ओहदे सुखपाल कह रहे ने कि ग्रुप जाना चाहिए वैसे जी 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 जी। हां जी बहुत बहुत केजरीवाल दे सलाहकार पता नहीं केड़े ने जी 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 कट कट के परा करी जांदे ने जी 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 जी। हां जी थैंक यू जी, थैंक यू वेरी मच जी। ਹੋਰ ਵੀ ਕਾਲਰਸ ਨੇ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਮਨਦੀਪ ਸਿੰਘ ਕੈਨੇਡਾ ਬ੍ਰੈਂਪਟਨ ਤੋਂ ਗੱਲ ਕਰ ਰਿਹਾ। ਮਨਦੀਪ ਸਿੰਘ ਜੀ ਠੀਕ ਹੋ? ਹਾਂ ਜੀ ਠੀਕ ਹੈ ਜੀ, ਕਰ ਪਛਾਣ ਠੀਕ ਹੈ ਜੀ। ਕੀ ਕਹਿਣਾ ਕਹੋਗੇ? ਮੈਂ ਬਹੁਤ ਵਧੀਆ ਮੁੱਦਾ ਅੱਜ ਲਿਆ ਆ, ਬੜਾ ਗੰਭੀਰ ਤੇ ਵਧੀਆ ਹੈ, ਇਹਦੇ ਸੰਬੰਧ ਵਿੱਚ ਬੇਨਤੀ ਕਰਨਾ ਚਾਹਣਾ ਜੀ। ਜੀ ਜੀ ਕੀ ਕਹਿਣਾ ਚਾਹੋਗੇ? ਮੇਰੀ ਬੇਨਤੀ ਹੈ ਜਿਹੜਾ ਹੈ ਨਾ ਇਹ ਮਸਲਾ ਕੇਜਰੀਵਾਲ ਵਾਲਾ ਜੀ, ਕੇਜਰੀਵਾਲ ਨੂੰ ਸਾਈਡ ਤੇ ਕਰਕੇ ਤੇ ਖਹਿਰਾ ਸਾਹਿਬ ਛੋਟੇਪੁਰ ਜੀ ਸਾਰੇ ਇਕੱਠੇ, ਕਿਉਂਕਿ ਜਿਹੜੇ ਪੰਜਾਬੀ ਹੈ ਨਾ ਉਹ ਗੁਲਾਮੀ ਪਸੰਦ ਨਹੀਂ ਕਰਦੇ ਜੀ, ਉਹਨਾਂ ਨੂੰ ਇਹ ਗੱਲ ਅਸੈਪਟ ਨਹੀਂ ਹੋ ਰਹੀ ਵੀ ਦਿੱਲੀ ਵਾਲੇ, ਮੈਂ ਵੱਲੋਂ ਮਾੜਾ ਲਫ਼ਜ਼ ਨਹੀਂ ਵਰਤਣਾ ਚਾਹੁੰਦਾ, ਉਹ ਇਨਸਾਨ ਆ ਤੇ ਉਹ ਆ ਕੇ ਸਾਡੇ ਤੇ ਕਮਾਂਡ ਕਰਨ, ਇਸੇ ਕਰਕੇ ਪਹਿਲਾਂ ਮੂਵਮੈਂਟ ਫੇਲ ਹੋਈ ਆ ਜੀ, ਇਸੇ ਕਰਕੇ ਹੁਣੇ ਪਾਰਟੀ ਡੁੱਬਣੀ ਆ ਜੀ, ਖੇਡਿਆ ਉਹਨੂੰ ਪਤਾ ਆ ਕੇਜਰੀਵਾਲ ਨੇ, ਕੇਜਰੀਵਾਲ ਨੂੰ ਜਿੰਨਾ ਨਾ ਭੋਲਾ ਭਾਲਾ ਆਪਾਂ ਸਮਝੇ ਉਹਨਾਂ ਹੈ ਨਹੀਂ ਗਾ, ਉਹਨੇ ਪਤਾ ਖੇਡਿਆ ਖੈਰੇ ਦਾ ਕੱਦ ਛੋਟਾ ਕਰਨ ਨੂੰ, ਕੋਈ ਖੈਰਾ ਇਸ ਵੇਲੇ ਬਹੁਤ ਉੱਚੇ ਲੈਵਲ ਤੇ ਗਿਆ ਹੋਇਆ ਜੀ 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 ਜੀ। ਹਾਂਜੀ ਮੈਂ ਇਸ ਵਿਸ਼ੇ 'ਚ ਬੇਨਤੀ ਕਰਨੀ ਚਾਹੁੰਦਾ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ ਜੀ। ਤੇ ਜਿਵੇਂ ਵੀ ਦੇਖੋ ਸਾਡੇ ਦਰਸ਼ਕ ਵੀ ਸਮਝਦੇ ਹਨ ਹੈ ਨਾ, ਉਹਨਾਂ ਨੂੰ ਵੀ ਇਹ ਲੱਗਦਾ ਕਿ ਸੁੱਚਾ ਸਿੰਘ ਛੋਟੇਪੁਰ ਅਗਰ ਵਾਪਸ ਜੁਆਇਨ ਕਰਦੇ ਹਨ ਤੇ ਆਪਣੇ ਮਿਆਰ ਨੂੰ ਡਿਗਾਉਣਗੇ, ਤਾਂ ਉਹਨਾਂ ਨੂੰ ਸੁਖਪਾਲ ਖਹਿਰਾ ਦੇ ਨਾਲ ਰਲਣਾ ਚਾਹੀਦਾ, ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਤਾਂ ਕਿ ਸੁਖਪਾਲ ਖਹਿਰਾ ਸਟਰੋਂਗ ਹੋ ਸਕਣ ਔਰ ਪੰਜਾਬ ਦੇ ਮਸਲਿਆਂ ਦੀ ਗੱਲ ਹੋ ਸਕੇ ਐਂਡ ਆਫ ਦਾ ਡੇ। ਲੇਕਿਨ ਇਹ ਇਹਦੇ 'ਚ ਇੱਕ ਚੀਜ਼ ਹੋ ਰਿਹਾ ਹਰਕੀਰਤ, ਅਗਰ ਸੁਖਪਾਲ ਖਹਿਰਾ ਅਲੱਗ ਮੰਚ ਬਣਾਉਂਦੇ, ਅਲੱਗ ਪਾਰਟੀ ਬਣਾਉਂਦੇ ਔਰ ਸੁਖਪਾਲ ਖਹਿਰਾ ਦੇ ਨਾਲ ਜਾ ਕੇ ਸੁੱਚਾ ਸਿੰਘ ਛੋਟੇਪੁਰ ਖੜੇ ਹੋ ਜਾਂਦੇ, ਉਹ ਇੱਕ ਅਲੱਗ ਇਕੁਏਸ਼ਨ ਬਣਦੀ, ਉਹ ਚਾਹੇ ਸ਼ਾਇਦ ਵਧੀਆ ਵੀ ਇਕੁਏਸ਼ਨ ਬਣਦੀ। ਲੇਕਿਨ ਤੁਸੀਂ ਉਹਨਾਂ ਚੀਜ਼ ਮੰਨ ਕੇ ਚੱਲੋ, ਅਗਰ ਸੁੱਚਾ ਸਿੰਘ ਛੋਟੇਪੁਰ ਆਮ ਆਦਮੀ ਪਾਰਟੀ 'ਚ ਵਾਪਸ ਆ ਜਾਂਦੇ ਆ, ਜਿੱਦਾਂ ਤੁਸੀਂ ਕਿਹਾ ਵੀ ਗੱਡੀ ਦੇ ਡਰਾਈਵਰ ਦੀ ਚਾਬੀ ਉਹਨਾਂ ਨੂੰ ਦੇ ਦਿੱਤੀ ਜਾਂਦੀ ਹੈ, ਅਗਰ ਚਾਬੀ ਸੁੱਚਾ ਸਿੰਘ ਛੋਟੇਪੁਰ ਨੂੰ ਦੇ ਦਿੱਤੀ ਜਾਂਦੀ ਹੈ ਤਾਂ ਵਟ ਸੁਖਪਾਲ? ਆਈ ਥਿੰਕ ਸੁੱਚਾ ਸਿੰਘ ਛੋਟੇਪੁਰ ਅਗਰ ਉਹਨਾਂ ਨੂੰ ਇਹ ਕਿਹਾ ਜਾਏ ਕਿ ਗੱਡੀ ਤੁਸੀਂ ਚਲਾਉਣੀ ਹੈ, ਚਾਬੀ ਤੁਸੀਂ ਫੜੋ, ਪ੍ਰਧਾਨ ਬਣੋ, ਤੇ ਤੁਹਾਨੂੰ ਲੱਗਦਾ ਕਿ ਪ੍ਰਧਾਨਗੀ ਦਾ ਅਗਰ ਉਹਨਾਂ ਨੂੰ ਦਿੱਤਾ ਜਾਏ ਔਰ ਹੀ ਕੈਨ ਕਮ ਬੈਕ ਟੂ ਆਮ ਆਦਮੀ ਪਾਰਟੀ? ਨਹੀਂ, ਉਹ ਤਾਂ ਖੁਦ ਕਹਿੰਦੇ ਨੇ ਕਿ ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ, ਹਾਲੇ ਕੋਈ ਗੱਲ ਨਹੀਂ ਕਰ ਰਹੇ, ਹਾਲੇ ਤਾਂ ਉਹ ਖੁਦ ਵੀ ਇਸ ਚੀਜ਼ ਨੂੰ ਲੈ ਕੇ ਬੜੇ ਡਿਸਟਰਬ ਨੇ ਕਿ ਜਿਸ ਤਰ੍ਹਾਂ ਪਾਰਟੀ ਨੇ ਕੀਤਾ। ਸਭ ਤੋਂ ਵੱਡੀ ਗੱਲ, ਲੈਟਸ ਗੋ ਵਨ ਬਾਈ ਵਨ, ਕਿ ਕਿਆ ਆਮ ਆਦਮੀ ਪਾਰਟੀ ਪਬਲਿਕਲੀ ਜਾਂ ਫਾਰਮਲੀ ਉਹਨਾਂ ਤੋਂ ਅਪੋਲੋਜਾਈਜ਼ ਕਰੇਗੀ ਕਿ ਅਸੀਂ ਤੁਹਾਡੇ ਨਾਲ ਕੀ ਸਲੂਕ ਕੀਤਾ, ਕਰੈਕਟ, ਕੀ ਵਰਤਾਵ ਕੀਤਾ, ਕਰੈਕਟ? ਕਿਆ ਸੁਖਪਾਲ ਸਿੰਘ ਜਿਹੜੇ ਹੈਗੇ ਨੇ ਸੁੱਚਾ ਸਿੰਘ ਛੋਟੇਪੁਰ ਪਾਰਟੀ 'ਚ ਵਾਪਸ ਆਉਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਸ਼ਰਤ ਲਗਾ ਸਕਦੇ ਨੇ ਜੀ? ਆਪਣਾ ਸਿਆਸੀ ਕੱਦ ਤਾਂ ਦੇਖਣਾ ਚਾਹੀਦਾ ਨਾ, ਅਗਰ ਉਹਨਾਂ ਦੀ ਸਿਆਸੀ ਮਜਬੂਰੀ ਹੈ ਆਉਣ ਵਾਪਸ ਆਉਣਾ ਚਾਹੁਣ ਆ ਸਕਦੇ ਨੇ, ਇਟਸ ਇਜ਼ ਵਿਸ਼, ਪਰ ਕਿਆ ਆਮ ਆਦਮੀ ਪਾਰਟੀ ਉਹਨਾਂ ਤੋਂ ਅਪੋਲੋਜਾਈਜ਼ ਕਰੇਗੀ? ਅਰਵਿੰਦ ਕੇਜਰੀਵਾਲ ਦੀ ਜਿਹੜੀ ਯੂਜ਼ ਐਂਡ ਥਰੋ ਵਾਲੀ ਪੋਲੀਟਿਕਸ ਹੈ, ਉਹਦੀ ਉਹਨਾਂ ਦੀ ਕੀ ਗਰੰਟੀ ਹੈ ਕਿ ਅਗਲੇ 6 ਮਹੀਨੇ ਬਾਅਦ ਸਾਲ ਬਾਅਦ ਫਿਰ ਇਹ ਨਹੀਂ ਹੋਏਗਾ ਸੁੱਚਾ ਸਿੰਘ ਛੋਟੇਪੁਰ ਦੇ ਨਾਲ? ਔਰ ਸਭ ਤੋਂ ਵੱਡੀ ਗੱਲ ਹੈ, ਜਿਸ ਤਰ੍ਹਾਂ ਸਾਡੇ ਦਰਸ਼ਕ ਵੀ ਸਵਾਲ ਪੁੱਛ ਰਹੇ ਨੇ ਕਿ ਕਿਆ ਸੁਖਪਾਲ ਸਿੰਘ ਖਹਿਰਾ ਛੋਟੇਪੁਰ ਦੀ ਲੀਡਰਸ਼ਿਪ ਨੂੰ ਐਕਸੈਪਟ ਕਰਨਗੇ? ਕਿਆ ਉਸ ਹਥਿਆਰ ਛੁੱਟ ਕੇ ਬਹਿ ਜਾਣਗੇ, ਠੀਕ ਹੈ ਭਾਜੀ ਤੁਸੀਂ ਬਣ ਜਾਓ ਪ੍ਰਧਾਨ, ਮੈਂ ਹੁਣ ਤੁਹਾਡੇ ਨਾਲ ਗੱਡੀ ਦੇ ਪਿਛਲੀ ਸੀਟ ਤੇ ਬਹਿਣ ਨੂੰ ਤਿਆਰ ਹਾਂ, ਵਿੱਚ ਸੁਖਪਾਲ ਸਿੰਘ ਖਹਿਰਾ ਆਈ ਡੋਂਟ ਥਿੰਕ ਹੀ ਵਿਲ ਡੂ ਇਟ? ਕਰੈਕਟ, ਇੱਕ ਜਿਹੜਾ ਇਹ ਕਹਿੰਦੇ ਕਿ ਸੁਖਪਾਲ ਸਿੰਘ ਖਹਿਰਾ ਦਾ ਸਿਆਸੀ ਕੱਦ ਘੱਟ ਕਰਨ ਵਾਸਤੇ ਕੇਜਰੀਵਾਲ ਨੇ ਚਾਲ ਚੱਲੀ ਹੈ, ਆਈ ਐਗਰੀ ਟੂ ਇਟ, ਬਟ ਇਹਦੇ ਰਿਜ਼ਲਟ ਕੀ ਆਣਗੇ? ਯੂ ਨੋ ਦਿਸ ਇਜ਼ ਗੋਇੰਗ ਟੂ ਕ੍ਰੀਏਟ ਅਨਦਰ ਟਸਲ, ਦਿਸ ਇਜ਼ ਗੋਇੰਗ ਟੂ ਕ੍ਰੀਏਟ ਅਨਦਰ ਈਗੋ ਕਲੈਸ਼ਸ। ਕਰੈਕਟ, ਜੋ ਲੜਾਈ ਪਹਿਲਾਂ ਚੱਲਦੀ ਰਹੀ ਸੀ ਹਰਪਾਲ ਚੀਮਾ ਦੀ ਔਰ ਸੁਖਪਾਲ ਖਹਿਰਾ ਦੀ, ਇਹ ਥੋੜ੍ਹੀ ਦੇਰ ਬਾਅਦ ਤੁਹਾਨੂੰ ਸੁਣਨ 'ਚ ਮਿਲੇਗਾ ਦਿਸ ਇਜ਼ ਬਿਟਵੀਨ ਸੁਖਪਾਲ ਖਹਿਰਾ ਐਂਡ ਛੋਟੇਪੁਰ। ਛੋਟੇਪੁਰ ਤਾਂ ਹੁਣ ਮੈਨੂੰ ਲੱਗਦਾ ਕਿ ਇੱਕ ਨਵਾਂ ਫੇਸ ਤਿਆਰ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੀ ਤਰਫੋਂ, ਤਾਂ ਕਿ ਸੁਖਪਾਲ ਖਹਿਰਾ ਦੇ ਸਾਹਮਣੇ ਖੜਾ ਕਰ ਸਕੀਏ ਕਿਸੇ ਨੂੰ। ਕਰੈਕਟ, ਅਤੇ ਮੇਰੇ ਨਾਲ ਹੋਰ ਵੀ ਵਿਊਅਰਸ ਹਨ ਜੋ ਕਿ ਆਪਣੇ ਪ੍ਰਤੀਕਰਮ ਸਾਨੂੰ ਦੇਣਾ ਚਾਹੁੰਦੇ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਭੁਪਿੰਦਰ ਬਾਠ ਮਿਸ਼ੀਗਨ ਤੋਂ ਬੋਲ ਰਿਹਾ। ਸਰ ਮੈਂ ਇਹੀ ਕਹਿਣਾ ਚਾਹੁੰਦਾ ਸੀਗਾ ਕਿ ਜੇ ਇਹ ਜਿਹੜੀ ਆਪ ਪਾਰਟੀ ਆ ਨਾ ਇਹ ਬਿਲਡ ਕਰ ਸਕਦੀ ਆ ਲੀਡਰਸ਼ਿਪ, ਜੇਕਰ ਇਹ ਈਗੋ ਛੱਡਦੇ ਨੇ, ਇਹਦੇ ਕੋਈ ਕਾਰਨ ਧਰਮਵੀਰ ਗਾਂਧੀ ਨੂੰ ਬਣਾਇਆ ਜਾਵੇ ਜਿਹੜੇ 4 MPs ਆ ਉਹਨਾਂ ਦਾ ਹੈਡ, ਤੇ ਕਿਉਂਕਿ ਇਹਨਾਂ ਚਾਰਾਂ ਨੇ ਹੀ ਜਿੱਤ ਕੇ ਪੰਜਾਬ ਨੂੰ ਤੇ ਆਮ ਆਦਮੀ ਪਾਰਟੀ ਨੂੰ ਹਿੰਦੁਸਤਾਨ 'ਚ ਨਾਂ ਦਿੱਤਾ ਸੀ। ਬਾਕੀ ਰਹਿ ਗਈ ਇਹਦੀ ਛੋਟੇਪੁਰ ਦੀ ਗੱਲ, ਇਹਨੂੰ ਵਾਪਸ ਆ ਜਾਣ ਦਿਓ। ਇਹ ਸਿਆਸਤ ਵਿੱਚ ਕੁਛ ਨਹੀਂ ਹੁੰਦਾ, ਵੀ ਸਿਆਸਤ ਵਿੱਚ ਜਿਹੜਾ ਮੌਕੇ ਦਾ ਫਾਇਦਾ ਉਠਾ ਜਾਏ ਉਹੀ ਵਧੀਆ ਪੋਲੀਟੀਸ਼ੀਅਨ ਹੁੰਦਾ, ਤੇ ਇਹਨਾਂ ਨੂੰ 6 ਮਹੀਨੇ ਕੋਈ ਅਹੁਦਾ ਨਾ ਦਿੱਤਾ ਜਾਵੇ, ਇਹਨਾਂ ਦੀ ਗੱਲ ਜ਼ਰੂਰ ਸੁਣੀ ਜਾਵੇ, ਇਹਨਾਂ ਨੂੰ ਜਦੋਂ ਪਹਿਲਾਂ ਸਪੀਚ ਕਰਨੀ ਉਦੋਂ ਵੀ ਇਹਨਾਂ ਨੂੰ ਪਹਿਲਾਂ ਮੌਕਾ ਦਿੱਤਾ ਜਾਵੇ, ਤੇ ਇਹ ਮਤਲਬ ਇਹਨਾਂ ਤੋਂ ਕੰਮ ਲਿਆ ਜਾਵੇ ਤੇ ਇਹ ਸਾਰੇ ਇਕੱਠੇ ਹੋ ਜਾਣ, ਜਿਹੜਾ ਤੁਹਾਡਾ ਕੀ ਇਹਦਾ ਨਾਮ ਆ ਖਹਿਰਾ ਵੀ ਆ ਤੇ ਹੋਰ ਵੀ MLAs ਆ, ਸਾਨੂੰ ਹਾਂਜੀ
हेलो ਤੁਸੀਂ ਔਨ 에ਅਰ ਹੋ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਸਰ ਜੀ ਸ਼ਮਸ਼ੇਰ ਸਿੰਘ ਰਣਾਵਾ ਬੋਲਦਾ ਮਲਵਾਕੀ ਤੋਂ ਸ਼ਮਸ਼ੇਰ ਸਿੰਘ ਜੀ ਕੀ ਹਾਲ ਹੈ ਠੀਕ ਹੋ ਠੀਕ ਠਾਕ ਵੀਰ ਜੀ ਥੈਂਕ ਯੂ ਕੀ ਕਹਿਣਾ ਚਾਹੋਗੇ ਮੈਂ ਗੱਲ ਕਰੂੰਗਾ ਵੀ ਅੱਜ ਤੱਕ ਜਿਹੜੀ ਵੀ ਪਾਰਟੀ ਚ ਰਿਹਾ ਖਹਿਰਾ ਜੀ ਪੰਜਾਬ ਦੀ ਗੱਲ ਤਾਂ ਕਰਦਾ ਰਹਿਣਾ ਕਾਂਗਰਸ ਚ ਰਹਿ ਕੇ ਵੀ ਆਪੋਜੀਸ਼ਨ ਚ ਰਹਿ ਕੇ ਵੀ ਜੀ ਔਰ ਸੁਸਤਾ ਸਿੰਘ ਛੋਟੇਪੁਰ ਨੇ ਅਗਰ ਆਉਣਾ ਹੀ ਹੈ ਵਾਪਸ ਤਾਂ ਖਹਿਰੇ ਦੇ ਧੜੇ ਦੇ ਨਾਲ ਜਿੰਨੇ ਵੀ ਪਹਿਲਾਂ ਆਏ ਕੇਜਰੀਵਾਲ ਨੇ ਬੰਦੇ ਕੱਢੇ ਆ ਇਕੱਠੇ ਹੋ ਕੇ ਇੱਕ ਆਪਣਾ ਸੈਪਰੇਟ ਫਰੰਟ ਬਣਾਉਣ ਪੰਜਾਬ ਨੂੰ ਬਚਾਉਣ ਵਾਸਤੇ ਜੀ 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 ਮਤਲਬ ਤੁਹਾਡਾ ਕਿਹਾ ਜਾਂਦਾ ਭਾਵ ਹੈ ਕਿ ਆਮ ਆਦਮੀ ਪਾਰਟੀ ਜੁਆਇਨ ਨਾ ਕਰਨ ਇੱਕ ਨਵਾਂ ਫਰੰਟ ਬਣਾ ਲੈਣ ਤੇ ਫਿਰ ਹੀ ਪੰਜਾਬ ਦਾ ਭਲਾ ਹੋ ਸਕਦਾ ਠੀਕ ਹੈ ਆਮ ਆਦਮੀ ਪਾਰਟੀ ਤੋਂ ਹੁਣ ਉਮੀਦਾਂ ਨਹੀਂ ਹੈਗੀਆਂ ਕਿਉਂਕਿ ਉਹਦੀ ਜਿਹੜੀ ਚਾਬੀ ਹੈਗੀ ਉਹ ਕੇਜਰੀਵਾਲ ਦੇ ਕੋਲ ਹੈ ਭਗਵੰਤ ਮਾਨ ਨੂੰ ਵੀ ਅਕਲ ਆ ਜੂਗੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਪ੍ਰਤੀਕਰਮ ਦੇਣ ਲਈ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ 에ਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਵਾਲੀਆ ਜੀ ਹਰਦੀਪ ਸਿੰਘ ਅਰੋੜਾ ਕੈਲੀਫੋਰਨੀਆ ਤੋਂ ਬੋਲ ਰਿਹਾ ਅਰੋੜਾ ਜੀ ਠੀਕ ਹੋ ਵਧੀਆ ਤੁਸੀਂ ਸੁਣਾਓ ਇੱਕਦਮ ਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਕੀ ਕਹਿਣਾ ਚਾਹੋਗੇ ਭਾਈ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਰੋੜਾ ਜੀ ਕੀ ਲੱਗਦਾ ਤੁਹਾਨੂੰ ਹੁਣ ਇਹ ਡਰਾਈਵਰ ਚੇਂਜ ਹੋ ਰਹੇ ਨੇ ਬਾਰ ਬਾਰ ਗੱਡੀ ਦੇ ਜੀ ਵਿਊਜ਼ ਥੋੜੇ ਡਾਈਵਰਜੈਂਟ ਹੈ ਤੁਹਾਡੇ ਵਿਊਜ਼ ਨਾਲ ਲਓ ਜੀ ਜੀ ਮੈਂ ਨਹੀਂ ਸਮਝਦਾ ਕਿ ਪਬਲਿਕ ਨੂੰ ਆਪਣੀ ਨੀਂਦ ਖਰਾਬ ਕਰਨੀ ਚਾਹੀਦੀ ਹੈ ਕਿ ਕਿਹੜਾ ਲੀਡਰ ਕਿਹੜੀ ਪਾਰਟੀ 'ਚ ਜਾਂਦਾ ਹੈ ਜੀ 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 ਮੇਰੇ ਹਿਸਾਬ ਨਾਲ ਪਬਲਿਕ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿਹੜਾ ਲੀਡਰ ਕੀ ਪਬਲਿਕ ਦੇ ਹੱਕ 'ਚ ਸੋਚਦਾ ਹੈ ਕਿਹੜਾ ਲੀਡਰ ਉਹਨਾਂ ਨੂੰ ਚੰਗਾ ਡਿਲੀਵਰ ਕਰ ਸਕਦਾ ਚੰਗੀ ਰਾਜਨੀਤੀ ਦੇ ਸਕਦਾ ਹੈ ਕਰੈਕਟ ਉਹ ਲੀਡਰ ਜਿਹੜੀ ਮਰਜ਼ੀ ਪਾਰਟੀ 'ਚ ਹੋਵੇ ਉਹ ਜੇ ਚੰਗਾ ਹੈ ਤਾਂ ਉਹ ਚੰਗਾ ਹੀ ਰਹੇਗਾ ਜੀ 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 ਪਰ ਰਾਜਨੀਤਿਕ ਲੋਕਾਂ ਦੀ ਪਰਵਾਹ ਨਹੀਂ ਕਰਦੇ ਉਹਨਾਂ ਨੇ ਉਹ ਕੰਮ ਕਰਨਾ ਜਿੱਥੇ ਜਿਹੜਾ ਉਹਨਾਂ ਨੂੰ ਵਾਰਾ ਖਾਂਦਾ ਹੋਵੇ ਜੀ 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 ਉਹਨਾਂ ਨੇ ਆਪਣੀ ਕੁਰਸੀ ਦੀ ਬਚਾਅ ਕਰਨਾ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਕਿਹੜੀ ਪਾਰਟੀ 'ਚ ਜਾਣਾ ਕਿੱਥੇ ਜਾਣਾ ਉਹਨਾਂ ਨੇ ਲੋਕਾਂ ਦੀ ਪਰਵਾਹ ਕਰਕੇ ਨਹੀਂ ਪਾਰਟੀ ਬਦਲਣੀ ਨਾ ਕਿਸੇ ਨੇ ਪਾਰਟੀ ਛੱਡਣੀ ਤੇ ਨਾ ਕਿਸੇ ਨੇ ਪਾਰਟੀ 'ਚ ਰਹਿਣਾ ਜੀ ਜੀ ਸੋ ਲੋਕਾਂ ਨੂੰ ਮੇਰੀ ਸਮਝ ਨਹੀਂ ਆਉਂਦੀ ਕਿ ਲੋਕੀ ਆਪਣੀ ਨੀਂਦ ਕਿਉਂ ਖਰਾਬ ਕਰਦੇ ਆ ਕਿਹੜਾ ਲੀਡਰ ਕਿਹੜੀ ਪਾਰਟੀ 'ਚ ਜਾ ਰਿਹਾ ਉਹ ਇਹ ਕਿਉਂ ਨਹੀਂ ਦੇਖਦੇ ਕਿ ਕਿਹੜੇ ਲੀਡਰ ਦਾ ਕਿਰਦਾਰ ਕੀ ਹੈ ਜੀ 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 ਇਸ ਗੱਲ ਤੇ ਡਿਸਕਸ ਕਰਨਾ ਚਾਹੀਦਾ ਕਿ ਕਿਹੜਾ ਲੀਡਰ ਡਿਵੈਲਪਮੈਂਟ ਵਾਸਤੇ ਗੱਲ ਕਰਦਾ ਹੈ ਕਿਹੜਾ ਲੀਡਰ ਆਪਣੀ ਰਾਜਨੀਤੀ ਦੀ ਗੱਲ ਕਰਦਾ ਹੈ ਇਸ ਗੱਲ ਤੇ ਜ਼ਿਆਦਾ ਬਹਿਸ ਹੋਣੀ ਚਾਹੀਦੀ ਹੈ ਨਾ ਕਿ ਕਿਹੜਾ ਲੀਡਰ ਕਿਹੜੀ ਪਾਰਟੀ 'ਚ ਜਾ ਰਿਹਾ ਥੈਂਕ ਯੂ ਵੈਰੀ ਮਚ ਅਰੋੜਾ ਜੀ ਆਈ ਐਗਰੀ ਵਿਦ ਯੂ ਜੀ ਬਿਲਕੁਲ ਇਹ ਤੇ ਗੱਲ ਬਹੁਤ ਜ਼ਰੂਰੀ ਹੈਗੀ ਹੈ ਕਿ ਐਂਡ ਆਫ ਦਾ ਡੇ ਪੰਜਾਬ ਦੇ ਮਸਲਿਆਂ ਦੀ ਗੱਲ ਹੋ ਸਕੇ ਡਿਵੈਲਪਮੈਂਟ ਦੀ ਗੱਲ ਹੋ ਸਕੇ ਜੋ ਕਿ ਮੁੱਦੇ ਪੰਜਾਬ ਦੇ ਇਸ ਟਾਈਮ ਇੰਪੋਰਟੈਂਟ ਹਨ ਉਹਨਾਂ ਦੀ ਗੱਲ ਹੋ ਸਕੇ ਲੇਕਿਨ ਉਹ ਇੰਪੋਰਟੈਂਟ ਮੁੱਦੇ ਚੱਕੇਗਾ ਕੌਣ ਐਂਡ ਆਫ ਦਾ ਡੇ ਉਹਨਾਂ ਬਾਰੇ ਗੱਲ ਕਰੇਗਾ ਕੌਣ ਐਂਡ ਆਫ ਦਾ ਡੇ ਜਿਹੜੀ ਗੱਲ ਹੋਣੀ ਚਾਹੀਦੀ ਹੈ ਉਹਨੂੰ ਅਮਲੀ ਜਾਮਾ ਕੌਣ ਪਹਿਨਾਏਗਾ ਇਹ ਵੀ ਵੱਡੇ ਸਵਾਲ ਬਣੇ ਹੋਏ ਹਨ ਇਹਨਾਂ ਦੇ ਵੀ ਆਪਾਂ ਜਵਾਬ ਲਵਾਂਗੇ ਇੱਕ ਨਿੱਕੇ ਜਿਹੇ ਵਕਫੇ ਲੈ ਰਹੇ ਇੱਥੇ ਮੈਂ ਫਿਲਹਾਲ ਰੁਕ ਰਿਹਾ ਔਰ ਜਦ ਵਕਫੇ ਤੋਂ ਬਾਅਦ ਵਾਪਸ ਆਵਾਂਗਾ ਤਾਂ ਆਪਾਂ ਜਾਰੀ ਰੱਖਾਂਗੇ ਅੱਜ ਦਾ ਮੁੱਦਾ ਔਰ ਕਰਾਂਗੇ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਸੁੱਚਾ ਸਿੰਘ ਛੋਟੇਪੁਰ ਬਾਰੇ ਹੋਰ ਗੱਲਬਾਤ